ਸਸਿਕਾਲ ਜੀ, ਵੈਲਕਮ ਟੂ ਅਵਰ YouTube ਚੈਨਲ ਜਿਹਦਾ ਨਾਮ ਹੈ ਅਮਨ ਜਸ ਵਲੌਗਸ। ਤੇ ਅਸੀਂ ਆ ਚੱਲੇ ਆ ਸ਼੍ਰੀ ਅਨੰਦਪੁਰ ਸਾਹਿਬ ਤੇ ਮੱਥਾ ਟੇਕਣ ਚੱਲੇ ਆ। ਅਸੀਂ ਕਾਫੀ ਟਾਈਮ ਹੋ ਗਿਆ ਮੱਥਾ ਨਹੀਂ ਟੇਕਿਆ ਸੀਗਾ, ਔਰ ਵੈਸੇ ਵੀ ਸ਼ਹੀਦੀ ਦਿਨ ਚੱਲਦੇ ਪਏ ਆ, ਸੋ ਅਸੀਂ ਕਿਹਾ ਉੱਥੇ ਵੀ ਮੱਥਾ ਟੇਕ ਲਈਏ। ਫਤਿਹਗੜ੍ਹ ਸਾਹਿਬ ਅਸੀਂ ਆਲਰੇਡੀ ਜਾ ਚੁੱਕੇ ਹਾਂ ਤੇ ਅਨੰਦਪੁਰ ਸਾਹਿਬ ਰਹਿ ਗਿਆ ਸੀ, ਸੋ ਇਸ ਕਰਕੇ ਅੱਜ ਅਸੀਂ ਅਨੰਦਪੁਰ ਸਾਹਿਬ ਜਾ ਰਹੇ ਹਾਂ। ਤੇ ਵੈਸੇ ਵੀ ਮੈਨੂੰ ਲੱਗਦਾ ਹੈ ਕਿ ਜਿੱਦਾਂ ਮੈਂ ਕੱਲ੍ਹ ਦੇਖ ਰਿਹਾ ਗੂਗਲ 'ਤੇ ਚੈੱਕ ਕਰ ਰਿਹਾ ਸੀਗਾ, ਮੈਨੂੰ ਮੰਮਾ ਨੇ ਦੱਸਿਆ ਹੈਗਾ ਕਿ ਆਪਣਾ 29 ਤਰੀਕ ਨੂੰ ਬਾਬਾ ਜੀ ਦਾ ਗੁਰਪੁਰਬ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਤੇ ਮੈਂ ਗੂਗਲ 'ਤੇ ਸਰਚ ਕੀਤਾ ਔਰ 2 ਜਨਵਰੀ 'ਚ ਵੀ ਆ ਰਿਹਾ ਲਿਖਿਆ, ਦਸੰਬਰ 'ਚ ਵੀ ਆ ਰਿਹਾ, ਦਸੰਬਰ 'ਚ। ਬਟ ਉਹ 'ਚ ਕਨਫਿਊਜ਼ਨ ਹੈ ਕਿਉਂਕਿ ਹੁੰਦਾ ਇਸ ਮਹੀਨੇ ਹੁੰਦਾ ਹੈ, ਇਹ ਸਾਨੂੰ ਪਤਾ ਨਗਰ ਕੀਰਤਨ ਵਗੈਰਾ ਨਿਕਲਦੇ ਆ, ਬਟ ਜਨਵਰੀ 'ਚ ਕਿਉਂ ਮੈਨੂੰ ਨਹੀਂ ਸਮਝ ਲੱਗੀ। ਮਤਲਬ ਗੂਗਲ 'ਤੇ 2 ਡੇਟਸ ਆ ਰਹੀਆਂ, ਇੱਕ ਤਾਂ ਜਨਵਰੀ, ਇੱਕ 29 ਦਸੰਬਰ ਆ ਰਹੀ ਹੈ। ਸੋ ਹੁਣ ਪਤਾ ਨਹੀਂ ਓਰਿਜਿਨਲ ਵਾਲੀ ਕਿਹੜੀ ਹੈ, ਉਹ ਤਾਂ ਸਾਨੂੰ ਜਦੋਂ ਡੇਟ ਆਊਗੀ ਉਦੋਂ ਹੀ ਪਤਾ ਲੱਗੂਗਾ ਓਰਿਜਿਨਲ ਕਿਹੜੀ ਹੈ। ਹਾਂਜੀ, ਪਰ ਆਪਾਂ ਸੋਚਿਆ ਵੀ ਚਲੋ ਗੁਰਪੁਰਬ ਇਸ ਮਹੀਨੇ ਹੈ ਜਾਂ ਅਗਲੇ ਮਹੀਨੇ ਹੈ, ਪਰ ਸਾਡਾ ਮਨ ਸੀਗਾ ਵੀ ਮੱਥਾ ਟੇਕ ਲਈਏ। ਫਤਿਹਗੜ੍ਹ ਸਾਹਿਬ ਜਾਂਦੇ ਹੋਏ ਸਾਡੇ ਨਾਲ ਮੰਮੀ ਹੋਣੀ ਸੀਗੇ, ਮੰਮੀ ਤੇ ਅਵਨੀਤ ਸੀਗੇ, ਪਰ ਅੱਜ ਨਹੀਂ ਹੈ ਕਿ ਅੱਜ ਅਸੀਂ ਦੋਨੋਂ ਹੀ ਆ ਤੇ ਅੱਜ ਅਸੀਂ ਦੋਨੋਂ ਮੱਥਾ ਟੇਕਿਆ। ਹਾਂਜੀ, ਤੇ ਕਿਉਂਕਿ ਸਾਡੇ ਕੋਲ ਬਾਅਦ ਚੋਂ ਟਾਈਮ ਨਹੀਂ ਹੋਣਾ ਤੇ ਕਿਹਾ ਸੀ ਪਹਿਲੇ ਮੱਥਾ ਟੇਕ ਆਈਏ ਤੇ ਅਸੀਂ ਜਾਣਾ ਸੀਗਾ ਜੀ, ਹੋਰ ਵੀ 2-3 ਗੁਰਦੁਆਰੇ ਜਾਣੇ ਆ, ਹਰ ਕੋਈ ਜਦੋਂ ਜਦੋਂ ਟਾਈਮ ਲੱਗਾ ਅਸੀਂ ਜਾਵਾਂਗੇ ਤੇ ਜਾਣਾ ਸੀ ਜ਼ਰੂਰ ਆ। ਬਿਲਕੁਲ, ਤੇ ਤੁਹਾਨੂੰ ਵੀ ਨਾਲ ਨਾਲ ਦਰਸ਼ਨ ਲੈ, ਹਾਂ ਨਾਲ ਨਾਲ ਲੈ ਕੇ ਜਾਵਾਂਗੇ, ਦੇਖੋ ਤੇ ਕਿੰਨੀ ਕੁ ਰੌਣਕ ਹੈ। ਤੇ ਲੰਗਰ ਵੀ ਲੱਗੇ ਨੇ ਰਸਤਿਆਂ ਚ ਤੇ ਸਾਰਾ ਕੁਝ ਦੇਖਾਂਗੇ, ਮਤਲਬ ਜੋ ਵੀ ਰੌਣਕ ਰਹੂਗੀ ਸਾਡੇ ਤੋਂ, ਮਤਲਬ ਜਿੱਥੇ ਅਸੀਂ ਰਹਿ ਰਹੇ ਆ ਇੱਥੋਂ ਅਨੰਦਪੁਰ ਕੁਛ 1-1.5 ਘੰਟੇ ਦਾ ਰਸਤਾ ਹੈ ਨਾ। ਹਾਂਜੀ, 1-1.5 ਘੰਟੇ ਦਾ ਰਸਤਾ ਹੈ, ਸਾਨੂੰ ਇਹ ਆ ਕਿ ਸੌਕ ਬਹੁਤ ਹੈ ਇੱਧਰ। ਹਾਂ, ਇਹ ਸਾਰੇ ਨੇੜੇ ਨੇੜੇ ਆ ਨਾ, ਸੋ ਆਪਾਂ ਹੁਣ ਇਸ 1-1.5 ਘੰਟੇ ਦੇ ਰਸਤੇ ਦੇ ਵਿੱਚ ਜੋ ਜੋ ਵੀ ਚੀਜ਼ਾਂ ਹੋ ਰਹੀਆਂ ਹੈ, ਕਿੱਥੇ ਲੰਗਰ ਲੱਗਿਆ, ਕਿੱਦਾਂ ਮਤਲਬ ਪਾਠ ਰੱਖੇ ਹੋਏ ਆ ਲੋਕਾਂ ਨੇ ਨਾ, ਕਾਫੀ ਜਗ੍ਹਾ ਤੇ ਸੜਕ ਦੇ ਉੱਤੇ ਵੀ ਪਾਠ ਰੱਖੇ ਹੋਏ ਆ ਲੋਕਾਂ ਨੇ, ਈਵਨ ਸਾਡੇ ਜਦੋਂ ਅਸੀਂ ਆਪਣੀ ਹੀ ਸੋਸਾਇਟੀ ਤੋਂ ਬਾਹਰ ਨਿਕਲਦੇ ਹਾਂ ਉੱਥੇ ਵੀ ਸੰਗਤਾਂ ਨੇ ਇਕੱਠੇ ਕਰਕੇ ਪੈਸੇ ਪੂਸੇ, ਮੈਨੂੰ ਲੱਗਦਾ ਇਕੱਠੇ ਕਰਕੇ ਕੀਤਾ ਹੋਇਆ ਉਹ ਵੀ, ਹਨਾ, ਤੇ ਉਹਨਾਂ ਨੇ ਵੀ ਸੜਕ ਦੇ ਉੱਤੇ ਪਾਠ ਰੱਖਿਆ ਹੋਇਆ ਆ ਤੇ ਚਾਹ ਦਾ ਲੰਗਰ ਲਾਇਆ, ਚਾਹ ਦਾ ਲੰਗਰ। ਹਾਂ, ਤੇ ਰਾਤ ਨੂੰ ਸ਼ਾਇਦ ਉੱਥੇ ਵੈਸੇ ਵੀ ਰੋਟੀ ਦਾ ਲੰਗਰ, ਹਾਂ ਹਾਂ, ਉੱਥੇ ਪ੍ਰਸ਼ਾਦਾ ਸੋ ਦਾਲ ਚੱਲਦੀ ਹੈ। ਹਾਂ, ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ਾਂ ਕੀਤੀਆਂ। ਹਾਂਜੀ, ਤੇ ਆਪਾਂ ਤੁਹਾਡਾ ਟਾਈਮ ਜ਼ਿਆਦਾ ਨਹੀਂ ਵੇਸਟ ਕਰਾਂਗੇ, ਆਪਾਂ ਤਾਂ ਨਾਲ ਨਾਲ ਦਰਸ਼ਨ ਕਰਾਵਾਂਗੇ ਤੇ ਸਾਰੀ ਵੀਡੀਓ ਦੇਖੋ ਐਂਡ ਤੱਕ, ਬਹੁਤ ਹੀ ਵਧੀਆ ਵੀਡੀਓ ਹੋਣ ਜਾ ਰਹੀ ਹੈ ਤੇ ਆਪਾਂ ਬਾਬਾ ਜੀ ਦੇ ਦਰਸ਼ਨ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਗੱਲਾਂ ਵੀ ਦੱਸਾਂਗੇ ਜੋ ਜੋ ਸਾਨੂੰ ਉੱਥੇ ਪਤਾ ਚੱਲਣਗੀਆਂ, ਤੇ ਬਾਈ ਚਾਂਸ ਜੇ ਸਾਡੇ ਤੋਂ ਕੁਝ ਵੀ ਗਲਤ ਬੋਲਿਆ ਜਾਂਦਾ ਹੈ ਤਾਂ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਦੇ। ਬਿਲਕੁਲ, ਸੋ ਹੁਣ ਆਪਾਂ ਚੱਲਦੇ ਆਂ ਸ਼੍ਰੀ ਅਨੰਦਪੁਰ। ਤੇ ਸੌਰੀ ਟੂ ਇੰਟਰਪਟ ਯੂ, ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ, ਅਸੀਂ ਕੋਈ ਸੰਤ ਮਹਾਤਮਾ ਨਹੀਂ ਹੈਗੇ ਜਿਹੜਾ ਅਸੀਂ ਸੰਤਾਂ ਦੀ ਤਰ੍ਹਾਂ ਮਤਲਬ ਬਾਬਾ ਜੀ ਹੁਣਾਂ ਨੂੰ ਪੂਜ ਲਈਏ, ਨਾ ਹੀ ਸਾਡੀ ਅਸੀਂ ਇੰਨਾ ਕਰ ਸਕਦੇ ਹਾਂ। ਸੋ ਕਈ ਲੋਕਾਂ ਦੇ ਕਮੈਂਟਸ ਆਉਂਦੇ ਹੁੰਦੇ ਆ, ਹਨਾ, ਵੀ ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਤੁਹਾਨੂੰ ਏਦਾਂ ਵੀਡੀਓ ਬਣਾਉਣੀ ਚਾਹੀਦੀ ਸੀਗੀ, ਤੁਹਾਨੂੰ ਕੇਸਕੀਆਂ ਬਣ ਕੇ ਵੀਡੀਓਜ਼ ਬਣਾਉਣੀਆਂ ਚਾਹੀਦੀਆਂ ਸੀ। ਦੇਖੋ, ਅਸੀਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਅਸੀਂ ਵੀ ਸਿੱਖ ਹਾਂ, ਸਾਡੇ ਤੋਂ ਜਿੰਨਾ ਹੁੰਦਾ ਅਸੀਂ ਉਨਾ ਕਰਦੇ ਹਾਂ, ਬਾਕੀ ਮੇਰੇ ਅਕੋਰਡਿੰਗ ਤੇ ਜਸ ਦੇ ਅਕੋਰਡਿੰਗ ਸ਼ਰਧਾ ਮਨ ਚ ਹੋਣੀ ਚਾਹੀਦੀ ਹੈ, ਨਾ ਕਿ ਕੇਸਕੀਆਂ ਤੇ ਜਾ ਕੇ ਸ਼ਰਧਾ ਦੇਖਣੀ ਹੈ। ਨਹੀਂ ਤੁਹਾਨੂੰ ਕੀ ਲੱਗਦਾ, ਕੇਸ ਕੇ ਬਣ ਕੇ ਬੱਚੇ ਲੋਕ ਬਹੁਤ ਸੱਚੇ ਆ? ਸਹੀ ਗੱਲ ਹੈ, ਮੈਂ ਬਹੁਤ ਲੋਕ ਦੇਖੇ ਆ ਜਿਹੜੇ ਅੰਮ੍ਰਿਤ ਛੱਕ ਕੇ ਨਾ ਉਹ ਟੰਗ ਦਿੰਦੇ ਸਾਈਡ ਤੇ ਤੇ ਮੇਰਾ ਝੂਠ ਬੋਲਦੇ ਆ, ਠੀਕ ਹੈ। ਸੋ ਇੱਕ ਬੀਬੀ ਜੀ ਵੀ ਆਏ ਸੀਗੇ, ਸੋ ਸ਼ਾਇਦ ਉਹ ਸਾਡੀ ਹੁਣ ਵੀ ਵੀਡੀਓ ਦੇਖਦੇ ਹੋਣਗੇ, ਉਹਨਾਂ ਨੇ ਕਾਫੀ ਕੁਝ ਲਿਖਿਆ ਸੀਗਾ ਮੇਰੇ ਬਾਰੇ ਵੀ ਲਿਪਸਟਿਕ ਲਾ ਕੇ ਗਈ ਹੈ, ਸਿਰ ਤੇ ਚੁੰਨੀ ਨਹੀਂ ਲਈ। ਸੋ ਜਿੱਥੇ ਜਿੱਥੇ ਮੈਨੂੰ ਲੱਗਦਾ ਮੈਂ ਵੀ ਸਿੱਖ ਧਰਮ ਤੋਂ ਬਿਲੋਂਗ ਕਰਦੀ ਹਾਂ ਬੀਬੀ ਜੀ, ਜਿੱਥੇ ਸਾਨੂੰ ਲੱਗਦਾ ਆ ਅਸੀਂ ਸਿਰ ਢੱਕਦੇ ਆ, ਬਾਕੀ ਅਸੀਂ ਕੋਈ ਅੰਮ੍ਰਿਤ ਛੱਕ ਕੇ ਨਹੀਂ ਬੈਠੇ ਹੋਏ ਜਾਂ ਅਸੀਂ ਕੋਈ ਐਡਾ ਬਾਣਾ ਨਹੀਂ ਪਾਇਆ ਹੋਇਆ ਜਿਹੜਾ ਅਸੀਂ ਉਸ ਤਰੀਕੇ ਦੇ ਨਾਲ ਨਿਭਾ ਸਕੀਏ, ਤੇ ਨਾ ਹੀ ਅਸੀਂ ਉਹਨਾਂ ਨੂੰ ਨਿਭਾ ਸਕਦੇ ਹਾਂ। ਸੋ ਮਨ 'ਚ ਸ਼ਰਧਾ ਹੋਣੀ ਜ਼ਰੂਰੀ ਹੁੰਦੀ ਆ, ਬਾਕੀ ਲਿਪਸਟਿਕ ਲਾਉਣ ਦੇ ਨਾਲ ਜਾਂ ਵਾਲ ਖੁੱਲ੍ਹੇ ਛੱਡਣ ਦੇ ਨਾਲ ਤੁਹਾਡੀ ਸ਼ਰਧਾ ਕਿੰਨੀ ਆ ਕਿੰਨੀ ਨਹੀਂ ਆ ਇਹ ਨਹੀਂ ਪਤਾ ਲੱਗਦਾ। ਬਾਕੀ ਜਿਹੜੇ ਲੋਕ ਹੁੰਦੇ ਆ, ਹਨਾ, ਕਈ ਕੇਸਕੀਆਂ ਤਾਂ ਸਜਾ ਲੈਂਦੇ ਆ, ਮਨ ਦੀ ਸ਼ਰਧਾ ਕੁਛ ਪਤਾ ਨਹੀਂ ਹੁੰਦੀ, ਲੋਕਾਂ ਦੇ ਸਾਹਮਣੇ ਦਿਖਾ ਦੇਣੀ ਆ ਪਰ ਅੰਦਰੋਂ ਕਾਲੇ ਹੋਣਾ, ਸੋ ਉਹ ਚੀਜ਼ ਸਾਡੇ ਵਿੱਚ ਨਹੀਂ ਹੈ, ਇਸ ਕਰਕੇ ਜਿੱਦਾਂ ਅਸੀਂ ਹੈ ਉਦਾਂ ਹੀ ਹੈ। ਤੇ ਬਾਬਾ ਜੀ ਨੇ ਵੈਸੇ ਵੀ ਕਿਹਾ ਸੀਗਾ ਕਿ ਬਾਬਾ ਜੀ ਕਹਿੰਦੇ ਜਿੱਥੇ ਸਿੰਘ ਤੇ ਕੌਰ ਦਾ ਆ ਜਾਂਦਾ ਨਾ ਟੈਗ ਆ ਜਾਂਦਾ, ਉੱਥੇ ਕੋਈ ਜਾਤਾਂ ਪਾਤਾਂ ਦਾ ਕੋਈ ਧਰਮ ਦਾ ਕੋਈ ਰੌਲਾ ਨਹੀਂ ਹੁੰਦਾ। ਬਿਲਕੁਲ, ਠੀਕ ਹੈ ਨਾ। ਬਿਲਕੁਲ, ਤੇ ਵੈਸੇ ਵੀ ਆਹਣਾ ਛੋਸ਼ੇ ਬਾਜੀ ਨੇ ਘੱਟ ਕਰਿਆ ਕਰੋ, ਉਦਾਂ ਨਾ ਮਨ ਦੇ ਵਿੱਚ ਰੱਖਿਆ ਕਰੋ, ਠੀਕ ਹੈ। ਗੁਰੂ ਨੂੰ ਮੰਨਣਾ, ਅਸੀਂ ਗੁਰੂ ਨੂੰ ਬਹੁਤ ਮੰਨਦੇ, ਸਾਨੂੰ ਪਤਾ ਨਾ ਜਾਂ ਸਾਡੇ ਬਾਬਾ ਜੀ ਨੂੰ ਪਤਾ, ਬਸ ਅਸੀਂ ਇੱਥੋਂ ਤੱਕ ਬਲੀਵ ਕਰਦੇ ਹਾਂ, ਸਾਨੂੰ ਦੋਨਾਂ ਨੂੰ ਪਤਾ ਜਾਂ ਸਾਡੇ ਗੁਰੂ ਨੂੰ ਪਤਾ ਅਸੀਂ ਕਿੰਨਾ ਕੁ ਰੱਬ ਨੂੰ ਮੰਨਦੇ ਕਿੰਨਾ ਕੁ ਨਹੀਂ ਮੰਨਦੇ। ਅਸੀਂ ਜਿਹੜੀ ਛੋਸ਼ੇ ਬਾਜੀ ਕਰਨ ਲੱਗ ਪਈਏ ਨਾ, ਅਸੀਂ ਤਾਂ ਬਹੁਤ ਕਰੀਏ ਜਿੰਨਾ ਅਸੀਂ ਗੁਰਦੁਆਰੇ ਜਾਂਦੇ ਜਾਂ ਅਸੀਂ ਗੁਰੂ ਨੂੰ ਕਿੰਨਾ ਮੰਨਦੇ ਹਾਂ, ਅਸੀਂ ਨਾ ਪਿਛਲੇ ਨਾ ਬਲੀਵ ਨਹੀਂ ਕਰਦੇ। ਹਾਂ, ਅਸੀਂ ਨਾ ਪਿਛਲੇ ਨਾ ਜਿੱਦਾਂ ਦੇ ਸ਼ਹੀਦੀ ਦਿਹਾੜੀ ਉਸ ਤੋਂ ਪਹਿਲਾਂ
ਜਿੱਦਣ ਅਸੀਂ ਫਤਿਹਗੜ੍ਹ ਸਾਹਿਬ ਗਏ ਹਾਂ ਉਸ ਤੋਂ ਬਾਅਦ ਅਸੀਂ ਮੈਂ ਦੋਨੋਂ ਜਾਣੇ ਅਸੀਂ ਦੋਨੋਂ ਜਾਣੇ ਇੰਨੀ ਹਿਸਟਰੀ ਦੇਖਦੇ ਪਏ ਹਾਂ ਨਾ ਕਿ ਕੀ ਕਿੱਥੇ ਕੀ ਨਹੀਂ ਹੋਇਆ ਕਿਉਂਕਿ ਪਤਾ ਸੀ ਸਾਨੂੰ ਬਟ ਅਸੀਂ ਹੋਰ ਡੂੰਘਾਈ 'ਚ ਜਾ ਰਹੇ ਸੀਗੇ ਹੁਣ ਅਸੀਂ ਉਹ ਤੁਹਾਨੂੰ ਦਿਖਾਉਣ ਲੱਗ ਪਈਏ ਤੁਸੀਂ ਕਿਉਂਕਿ ਲੈ ਸ਼ੋਸ਼ੇਬਾਜ਼ੀ ਕਰਦੇ ਵੀ ਘਰੇ ਆਪਣੇ ਆਹ ਲੱਗੇ ਹੋਏ ਕਰਨ ਸੋ ਤਾਂ ਕਰਕੇ ਅਸੀਂ ਇੰਨੀ ਸ਼ੋਸ਼ੇਬਾਜ਼ੀ ਨਹੀਂ ਕਰਦੇ ਅਸੀਂ ਗੁਰੂ ਨੂੰ ਮੰਨਦੇ ਹਾਂ ਸਾਨੂੰ ਪਤਾ ਸੋ ਹੁਣ ਆਪਾਂ ਚੱਲ ਲਾਸਟ ਇਹੀ ਵੀ ਕਮੈਂਟ ਕਰਨ ਲੱਗੇ ਸੋਚ ਕੇ ਕਰਿਆ ਕਰੋ ਸੋ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਚਲੋ ਸ਼੍ਰੀ ਅਨੰਦਪੁਰ ਸਾਹਿਬ ਸਾਹਿਬ ਆ ਗਏ ਹਾਂ ਅਤੇ ਰੌਣਕਾਂ ਵੀ ਲੱਗਦੀਆਂ ਪਈਆਂ ਹੌਲੀ ਹੌਲੀ ਉੱਪਰ ਜਾ ਰਹੇ ਅਸੀਂ ਮੱਥਾ ਟੇਕਣ ਅਤੇ ਅਨੰਦਪੁਰ ਐਂ ਕੁਛ ਲੈ ਕੇ ਨਾ ਜਾਈਏ ਤਾਂ ਹੋ ਨਹੀਂ ਸਕਦਾ ਲੈ ਕੇ ਜ਼ਰੂਰ ਜਾਵਾਂਗੇ ਹਾਂ ਆਪਾਂ ਮੱਥਾ ਟੇਕ ਲਈਏ ਚਲੋ ਜੀ ਚਲੋ ਲਓ ਜੀ ਉੱਪਰ ਜਾ ਰਹੇ ਹਾਂ ਅਤੇ ਮੌਸਮ ਬਹੁਤਾ ਹੀ ਘੈਂਟ ਹੋਇਆ ਔਰ ਗੁਰਦੁਆਰਾ ਸਾਹਿਬ ਨੂੰ ਸਜਾਇਆ ਵੀ ਆ ਰਾਤ ਨੂੰ ਲਾਈਟਾਂ ਵੀ ਚੱਲਣਗੀਆਂ ਲੜੀਆਂ ਲਾਈਆਂ ਹੋਈਆਂ ਤਾਂ ਕਿੱਦਾਂ ਲੱਗ ਰਿਹਾ ਤੁਹਾਨੂੰ ਆ ਕੇ ਵਧੀਆ ਲੱਗ ਰਿਹਾ ਇੱਦਾਂ ਹੀ ਆ ਅਨੰਦਪੁਰ ਸਾਹਿਬ ਦਾ ਕਿਲ੍ਹਾ ਹੈ ਨਾ ਚਲੋ ਕਾਫੀ ਸਜਾਇਆ ਹੈ ਨਾ ਬਹੁਤ ਸੋਹਣਾ ਲੱਗ ਰਿਹਾ ਕੀ ਲੈਣਾ ਹੈ ਕੀ ਲਈਏ ਤੂੰ ਦੱਸ ਘੁੰਮ ਕੇ ਦੇਖਦੇ ਮੱਥਾ ਅਸੀਂ ਟੇਕ ਲਿਆ ਸੀਗਾ ਅਤੇ ਤੁਹਾਨੂੰ ਦਿਖਾਇਆ ਸੀਗਾ ਅਸੀਂ ਬਾਅਦ 'ਚੋਂ ਉਹ ਮਾਰਕੀਟ ਗਏ ਸੀਗੇ ਜੋਤ ਵੇਖਣ ਗਏ ਸੀ ਜੋਤ ਜਿਹੜੀ ਲਾਨੇ ਘਰੇ ਉਹ ਮਿਲੀ ਨਹੀਂ ਅਤੇ ਹੁਣ ਅਸੀਂ ਸ਼ੋਪਿੰਗ ਕਰਦੇ ਪਏ ਹਾਂ ਇਹਨੇ ਦੋ ਮਫਰ ਲਿੱਤੇ ਇੱਥੋਂ ਸੌ ਸੌ ਰੁਪਏ ਦੇ ਲੱਗੇ ਵਧੀਆ ਲੱਗੇ ਅਤੇ ਹੁਣ ਸਹੀ ਗੱਲ ਆ ਮਤਲਬ ਕਿ ਉਹਨੇ ਨਾ ਚੌਕਰੇ ਲਿਆਉਂਦੇ ਹੁੰਦੇ ਆ ਬਹੁਤ ਵਧੀਆ ਕੱਪੜਾ ਹੈ ਅਤੇ ਉਹਨਾਂ ਸਸਤੇ ਲਾਏ ਹੋਏ ਤਾਂ ਆਪਾਂ ਲੈ ਲਏ ਧੁੱਪ ਬਹੁਤ ਜ਼ਿਆਦਾ ਹੁਣ ਆਪਾਂ ਘਰ ਨੂੰ ਚਾਲੇ ਪਾਉਣ ਲੱਗੇ ਹਾਂ ਘਰ ਨੂੰ ਚੱਲਦੇ ਹਾਂ ਲਓ ਜੀ ਅਸੀਂ ਅਨੰਦਪੁਰੀ ਹਾਂ ਜਿਹੜੀ ਅਸੀਂ ਖਾਣ ਲੱਗੇ ਹਾਂ ਭਟੂਰੇ ਛੋਲੇ ਇੱਥੋਂ ਦੇ ਬਾਹਰੋਂ ਬਾਹਰ ਆ ਰਹੇ ਦੇਸੀ ਵਾਲੀ ਦੁਕਾਨ ਨਹੀਂ ਹੁੰਦੀ ਜਿਹੜੀ ਦੇਸੀ
गुरदे रखे हुए टेबल टूबल ओदा पे दुकान लुकी ओदा भी है बाकी टेस्ट देखते हैं खा के टेस्ट इधर की बहुत ज्यादा टेस्ट ही मतलब बढ़िया हो गई तो खुशबू अच्छी खुशबू अच्छी और सब तो बड़ी गल है इस बंदे के सामने बना रहे हां वो तो पता आ गया यही धंधा ही पुराने यही धंधे ही ओपन बना देते हूं तो किचन अंदर होती है सारे ये तो प्रॉपर है पर टेस्ट करके देखते हैं कि मैं लगता है वाह जी वाह शक्ल तो बड़ी सोहनी है अचार चूर सब को देता मिर्चा भी खाई है ना हाँ जी असी घर आ गए हैं तो टाइम काफ़ी लग गया क्योंकि रस्ते जी राशि बहुत है बहुत ही ज़्यादा राशि क्योंकि लोग जा रहे हैं सारी संगत जा रही है आनंदपुर साहब आनंदपुर वाले इधर आ रहे थे सरहंद साहब हाँ जी हाँ जी सरहंद वाले आनंदपुर वाले जा रहे थे बिल्कुल तो बहुत ही दर्शन होए अंदर तुम्हें पता वीडियोग्राफी नहीं कर देंगे बिल्कुल भी तो मना करते हैं तो बहुत ही दर्शन होए असं उत्थे बैठे भी थोड़ा चिर ते फिर असी लंगर छकना सीगा बट रश बहुत ही लंगर आज सेट थी तो इस करके असी लंगर नहीं छकया असी बाहरी रोटी खाली सी और भठूरे छोले बहुत स्वाद ही गए हां फर्स्ट टाइम ट्राई किए इदा बार वो बहुत बढ़िया ही यार और एक बढ़िया जो एक्सपीरियंस सीगा है यार हां क्योंकि पूरा ना पुराने वाला तो देसी स्टाइल आ रहा है या घंट वाला हां बहुत ही टेस्टी ही गए बहुत ज्यादा टेस्टी चने भठूरे उस हिसाब ना बने फ्रेश फ्रेश सब कुछ मिर्च सी दर्शन करवाते रहेंगे गुरुद्वारा साहिब के हुण आपां तां नैक्सट व्लॉग मिलेंगे उदों तक लई बाय बाय एंड टेक केयर।